ਗੀਤਾ ਦੇਸੀ ਡਿਸ਼ਿਜ਼ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਰਿਆਂ ਦਾ। ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਨਮਕੀਨ ਮਟਰ ਹੀ ਬਣਾ ਕੇ ਦਿਖਾਵਾਂਗੇ, ਜਿਹੜਾ ਜਿਹੜਾ ਇਹਦੇ ਵਿੱਚ ਸਮਾਨ ਪੈਂਦਾ ਤੁਹਾਨੂੰ ਸਾਰਾ ਦਿਖਾਵਾਂਗੇ। ਚਲੋ ਕਰਦੇ ਹਾਂ ਸ਼ੁਰੂ ਜੀ। ਦੇਖੋ, ਇੱਕ ਕੌਲੀ ਮੈਂ ਮੈਦੇ ਦੀ ਲਾਲ ਲੈ ਲਈ ਸੀ, ਇੱਕ ਕੌਲੀ 'ਚ ਬਣਾਵਾਂਗੇ। ਤੁਸੀਂ ਆਪਣੀ ਲੋੜ ਮੁਤਾਬਕ ਘੱਟ ਵੱਧ ਲੈ ਸਕਦੇ ਹਾਂ, ਜਿੰਨਾ ਵੀ ਤੁਸੀਂ ਬਣਾਉਣੀ ਚਾਹੁੰਦੇ ਆ ਉਹਦੇ ਮੁਤਾਬਕ। ਫਿਰ ਮੈਂ ਅੱਧਾ ਚਮਚਾ ਜਿਹੜਾ ਲੈ ਲਿਆ ਸੀ ਅਜਵਾਇਣ ਦਾ, ਅੱਧਾ ਚਮਚਾ ਅਜਵਾਇਣ ਦਾ ਲਿਆ ਅਤੇ ਅੱਧਾ ਚਮਚਾ ਨਮਕ ਦਾ ਲਿਆ ਅਤੇ ਅੱਧਾ ਹੀ ਚਮਚਾ ਆਪਾਂ ਇਹਦੇ ਵਿੱਚ ਆਹ ਬੇਕਿੰਗ ਪਾਊਡਰ ਪਾਵਾਂਗੇ ਅਤੇ ਇੱਕ ਵੱਡਾ ਚਮਚਾ ਆਪਾਂ ਤੇਲ ਦਾ ਪਾਵਾਂਗੇ। ਅਤੇ ਚਲੋ ਫਿਰ ਕਰਦੇ ਹਾਂ ਸ਼ੁਰੂ ਆਟਾ ਗੁੰਨਣਾ। ਇਸ ਤਰ੍ਹਾਂ ਗੁੰਨਿਆ ਜਾਂਦਾ ਆਟਾ। ਹੁਣ ਸਭ ਤੋਂ ਪਹਿਲਾਂ ਆਪਾਂ ਇੱਕ ਵੱਡਾ ਚਮਚਾ ਜਿਹੜਾ ਓਇਲ ਦਾ ਪਾਵਾਂਗੇ। ਇਹ ਪਾਉਣ ਤੋਂ ਬਾਅਦ ਫਿਰ ਆਪਾਂ ਅੱਧਾ ਕੁ ਚਮਚਾ ਆਪਾਂ ਬੇਕਿੰਗ ਪਾਊਡਰ ਦਾ ਪਾਵਾਂਗੇ, ਜਿੰਨਾ ਕੁ ਆਪਣੇ ਕੋਲ ਮੈਦਾ ਆ ਉਹਦੇ ਹਿਸਾਬ ਦੇ ਨਾਲ। ਉਸ ਤੋਂ ਬਾਅਦ ਫਿਰ ਆਪਾਂ ਲੂਣ ਪਾਵਾਂਗੇ ਅਤੇ ਅਜਵਾਇਣ ਪਾਵਾਂਗੇ। ਇਹ ਚੀਜ਼ਾਂ ਪਾਉਣ ਤੋਂ ਬਾਅਦ ਫਿਰ ਮੇਰੇ ਕੋਲ ਗਰਮ ਪਾਣੀ ਆ, ਕੋਸਾ ਪਾਣੀ ਮੈਂ ਕਰ ਲਿਆ ਸੀ। ਕੋਸੇ ਪਾਣੀ ਦੇ ਨਾਲ ਇਹਨੂੰ ਚੀਜ਼ ਮਿਕਸ ਕਰਾਂਗੇ, ਥੋੜ੍ਹਾ ਥੋੜ੍ਹਾ ਕਰਕੇ ਪਾਵਾਂਗੇ। ਕੋਸਾ ਪਾਣੀ ਲੈਣਾ ਤੁਸੀਂ ਜਦੋਂ ਵੀ ਮਟਰ ਨਮਕੀਨ ਬਣਾਉਣੀ ਆ, ਠੰਡਾ ਪਾਣੀ ਵੀ ਲੈਣਾ। ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਮੈਦਾ ਪਾਵਾਂਗੇ। ਮੈਦੇ ਪਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ। ਇਸ ਆਟੇ ਨੂੰ ਬਹੁਤ ਹੀ ਸਖ਼ਤ ਗੁੰਨਣਾ, ਇਸ ਤਰ੍ਹਾਂ ਥੋੜ੍ਹਾ ਥੋੜ੍ਹਾ ਕਰਕੇ ਪਾਣੀ ਪਾਉਣਾ ਅਤੇ ਬਹੁਤ ਹੀ ਇਹਨੂੰ ਸਖ਼ਤ ਬਣਾਉਣਾ, ਜਿਸ ਤਰ੍ਹਾਂ ਆਪਾਂ ਪੂਰੀਆਂ ਦਾ ਆਟਾ ਬਣਾਈਦਾ ਉਸ ਤੋਂ ਵੀ ਇਹ ਆਟਾ ਸਖ਼ਤ ਹੋਣਾ ਚਾਹੀਦਾ, ਤਾਂ ਕਿ ਆਪਾਂ ਜਿਹੜੀ ਉਹ ਮਟਰੀ ਆ ਆਸਾਨੀ ਦੇ ਨਾਲ ਆਪਾਂ ਵੇਲ ਸਕੀਏ। ਇਹਨੂੰ ਜ਼ਿਆਦਾ ਗੁੰਨਣ ਦੀ ਲੋੜ ਨਹੀਂ, ਬਸ ਇਹਨੂੰ ਇਸ ਤਰ੍ਹਾਂ ਦਾ ਚਾਹੀਦਾ ਆਪਾਂ ਨੂੰ। ਆ ਦੇਖੋ ਇਸ ਤਰ੍ਹਾਂ ਦਾ ਕਰਨਾ ਇਹਨੂੰ। ਇਸ ਤਰ੍ਹਾਂ ਹੱਥਾਂ ਦੇ ਨਾਲ ਮਲਣਾ। ਹੁਣ ਆਟਾ ਮੇਰਾ ਰੈਡੀ ਆ ਜੀ, ਇੱਦਾਂ ਦਾ ਬਹੁਤ ਸਖ਼ਤ ਗੁੰਨਣਾ। ਉਸ ਤੋਂ ਬਾਅਦ ਫਿਰ ਆਪਾਂ ਇਹਦੇ ਥੱਲੇ ਥੋੜ੍ਹਾ ਜਿਹਾ ਓਇਲ ਲਗਾਵਾਂਗੇ ਮਾੜਾ ਜਿਹਾ। ਓਇਲ ਲਗਾਉਣ ਤੋਂ ਬਾਅਦ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਗੋਲ ਕਰਕੇ ਫਿਰ ਆਪਾਂ ਬਰਤਨ 'ਚ ਰੱਖਾਂਗੇ। ਉਸ ਤੋਂ ਬਾਅਦ ਰੱਖਣ ਤੋਂ ਬਾਅਦ ਫਿਰ ਮੈਂ ਗਿੱਲਾ ਇੱਕ ਕਰ ਲਿਆ ਸੀ ਕੱਪੜਾ ਰੁਮਾਲ, ਗਿੱਲਾ ਕਰਨ ਤੋਂ ਬਾਅਦ ਠੰਡੇ ਪਾਣੀ ਨਾਲ ਗਿੱਲਾ ਕਰਨ ਤੋਂ ਬਾਅਦ ਆਪਾਂ ਇਹਨੂੰ ਅੱਧੇ ਘੰਟੇ ਵਾਸਤੇ ਰੈਸਟ ਕਰਨ ਲਈ ਛੱਡਾਂਗੇ। ਅੱਧੇ ਘੰਟੇ ਤੋਂ ਬਾਅਦ ਫਿਰ ਆਪਾਂ ਇਹਨੂੰ ਮਟਰੀ ਬਣਾਉਣੀ ਸ਼ੁਰੂ ਕਰਾਂਗੇ, ਫਿਰ ਤੁਹਾਨੂੰ ਦਿਖਾਉਂਦੇ ਹਾਂ ਕਿਸ। ਹੁਣ ਅੱਧਾ ਘੰਟਾ ਮੇਰਾ ਹੋ ਚੁੱਕਾ ਆ, ਆਓ ਆਪਾਂ ਆਟੇ ਨੂੰ ਚੈੱਕ ਕਰਦੇ ਹਾਂ। ਇਸ ਨੂੰ ਫਿਰ ਇਸ ਤਰ੍ਹਾਂ ਹੱਥਾਂ ਦੇ ਨਾਲ ਮੁਲਾਇਮ ਕਰਾਂਗੇ। ਮੁਲਾਇਮ ਕਰਨ ਤੋਂ ਬਾਅਦ ਫਿਰ
दो पेड़े करांगे, दो सियाजे नूं करांगे इस तरह। इस तरह करन तो बाद पेड़े बनाने तो बाद फिर मैं सेल्फ नूं साफ कर लिया सी। हुण इहदे ते आपां थोड़ा जिहा तेल लगा के इहनूं वेलना शुरू करांगे इस तरह। इस तरह इन वेलांगे लंबा लंबा। इस तरह इन लंबा लंबा पतला पतला वेलना। ये जड़े किनारे आ चारे पासे बरीक होने चाहिए आ। जिन्ने बरीक होंगे उन्नी अपनी मटरी जड़ी आ वधिया बनूगी। इस तरह नू बेल बेल के पतला करी जाना। जिन्ना भी पतला हो सकता हम इस तरह का आपां नूं पतला चाहिए। जिस तरह का तुसीं देखिया इसनूं थोड़ा होर करांगे। इस तरह बेलण तो बाद फिर आपां इहनूं कर्द दे नाल कट्टांगे। इस तरह तुहानूं दिखाउणे इस तरह कट्टणा। इस तरह पहिलां लंबा लंबा कट मार लैणा। उस तों बाद फिर इस तरह मटरी दी शेप दे विच इदां तिखा कट्टांगे इहनूं। बाकी जिस तरह तुहानूं चंगा लगे उस तरह कट लेना। लंबा भी कट सकते हैं, इस तरह भी कट सकते हैं, जिदा भी तुसीं पसंद करते हैं उस तरह ही कट लेना। हुण सारे पीस मेरे कट के तैयार आ। आपां इहनूं हुण एक प्लेट च पा के खावांगे। इस तरह प्लेट दे विच पाउण तों बाद फिर आपां कढ़ाई में एक ऑयल पा के उस तो बाद फिर तुहानू दिखाने हैं। हुण कढ़ाई दे विच कढ़ाई नू साफ करके मैं रिफाइंड तेल पा लिया सी ते तेल नू चेक करदे हां। तेल नू चेक करके देखदे हां। हुण तेल आ जिहड़ा मेरा जी पूरी तरह गर्म आ। हुण आपां मटरी बनाउणी शुरू करांगे। मटरी पाउण तो बाद फिर आपां इहदा सेक जिहड़ा मीडियम ते करांगे।
इस तरह उपर की छाननी मारेंगे हौली हौली ताकि सारी कला कला पीस हो जाए। मीडियम सेक पर इसको पकावे, जे बिल्कुल फुल ते करांगे तो फिर मटरी अपनी जिहड़ी आ विचों कच्ची रह जाएगी। सब तो पहला इन फुल फ्लेम ते करना, उस तो बाद मटरी पाउण तो बाद फिर आपां नूं मीडियम ते करना। इस तरह इन फैलावांगे, देखो सारी मटरी मेरी चंगी तरह फुल चुकी है। इन इदा हल्के हल्के हाथों में हिलावे, गोल्डन ब्राउन होगी तो फिर आप कढ़ा गे। इस तरह ही कोल खड़े होकर हिलाना, तुम भी अपने घर के इस तरह मटरी बनाने की ट्राई करनी, अपने बच्चों को खिलानी, अपने तुहाडे घर के कोई गैसट आ जाता है वो गैसट कोई आ जाता है तो आप वास्ते बना सकते हैं। घर के बाजार नालों सस्ती पैंदी है, ये नाले सारिया चीज़ा शुद्ध होंदिया आ सारिया। हुण मटरी मेरी बन के तैयार है जी, देखो तुसीं देख सकते हैं गोल्डन ब्राउन हो चुकी है। बस इस तरह की कढ़नी आपां, उस तो बाद गैस करांगे बंद। हुण देखो जी इस तरह की बनी मेरी मटरी, तुहानू तोड़ के दिखा सकते हैं आप। देखो बिचों ऐन क्रिस्पी तो बहुत ही खस्ता बनी आ, क्रिस्पी तो बहुत ही खस्ता बनी आ, तो आप खा के भी दिखा सकते हैं। वाओ वेरी नाइस, तुसी मेरे चैनल नू सबसक्राइब करना, लाइक करना, शेयर करना। मेरे चैनल पर तुहाडा बहुत बहुत स्वागत है जी, मिलते हैं अगली वीडियो में। बहुत बहुत मेहरबानी तुहाडी मेरे चैनल पर आने की, थैंक यू जी।